सेमिनार च जुड़ते हर हफ्ते मेरे जिन्ने भी स्रोते वीर ने दरबारे खालसा जूम सेमिनार दे विच आपां जुड़ते हैं। सो वाहिगुरु जी का खालसा वाहिगुरु जी की फतेह। भाई कुलदीप सिंह मधेके वाले उन्हां दी बहुत वड्डा योगदान आ जिहड़े इस जूम चैनल नूं ओह चलाउंदे ने, उहदे ते आपां नूं सारिआं नूं ओह जोड़ के मौका दिंदे ने इह कि आपां आपदी जिंदगी नाल जुड़ी भी हर गल इहदे उपर आपां सांझी करदे आ। सो जिवें आपां जाणदे आ, इक दिन अज सोमवार नूं डाक्टर अमर सिंह आजाद आउंदे ने, डाक्टर साहब सेहत संबंधी अपने नाल रहिआं मशवरा करदे ने, ते बाकी तीन दिन आपां खेती संबंधी फगवाड़ा गुड ग्रो क्रॉपिंग सिस्टम दे बारे सारे गल्लां करदे आ। डाक्टर चमन लाल विशिष्ट जी साढ़े बहुत सत्कारयोग वड्डे वीर ते डाक्टर साहब सरदार अवतार सिंह फगवाड़े वाले, उन्होंने जिहड़ी नवीं खोज आपां बैड्डां ते खेती करनी शुरू करी, आपां उहदियां गल्लां करदे आ। बई अज जिवें दस्सिया भाई कुलदीप सिंह ने भी डाक्टर साहब नूं कोई रझेवे आ जां थक जांदे ने, बहुत ज्यादा वड्डी सेवा उहनां दी, आपां तां बेहद उहनां दा धन्नवाद करदे आ। जिहड़ी सेवा अज दे जमाने च जदों हर बंदा पैसों दे लालच दे विच पैसा 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 करदा हर बंदा फिरदा, इहो जे युग दे विच इहो जे समें दे विच डाक्टर अमर सिंह आजाद वर्गे परपकारी बंदे, डाक्टर चमन लाल विशिष्ट होरी, बाई अवतार सिंह होरी, बाई बूटा सिंह वर्गे, बाई कुलदीप सिंह वर्गे, तुसी बहुत सारे हो आ दिने अपना दूसरा जिहड़ा एक होर गलबात करदे आ ਬਾਈ ਕਿੰਗਰੇ ਹੋਰੀ ਸੁਖਮਿੰਦਰ, ਮੈਂ ਦੇਖਦਾ ਉਹਨਾਂ ਟੈਲੀਗ੍ਰਾਮ ਤੇ ਬਾਈ ਸੁਖਮਿੰਦਰ ਕਿੰਗਰੇ ਹੋਰੀ ਸਾਰਾ ਦਿਨ ਹੀ ਲੋਕਾਂ ਦੇ ਕਿਸਾਨਾਂ ਦੀਆਂ ਗੱਲਾਂ ਦਾ ਜਵਾਬ ਦੇਈ ਜਾਂਦੇ ਨੇ। ਸੋ ਇਹ ਜਿੰਨੇ ਵੀ ਨੇ ਇਹ ਪਰਉਪਕਾਰੀ ਸੁਭਾਅ ਦੇ ਲੋਕ ਅੱਜ ਦੇ ਯੁੱਗ ਚ ਬਹੁਤ ਘੱਟ ਮਿਲਦੇ ਨੇ ਵੇਖਣ ਨੂੰ, ਬਹੁਤ ਘੱਟ। ਸੋ ਆਪਾਂ ਤਾਂ ਵੱਡੇ ਭਾਗਾਂ ਵਾਲੇ ਹਾਂ ਜਿਨ੍ਹਾਂ ਨੂੰ ਇੰਨੇ ਇਹ ਚੰਗੇ ਲੋਕ ਮਿਲੇ ਨੇ ਜਿਹੜੇ ਸੱਚਮੁੱਚ ਬਹੁਤ ਵੱਡਾ ਪਰਉਪਕਾਰ ਕਰ ਰਹੇ ਨੇ। ਕਿਉਂਕਿ ਜਦੋਂ ਬੰਦਾ ਬਗੈਰ ਲਾਲਚ ਤੋਂ ਲੋਭ ਤੋਂ ਦੁਨੀਆਂ ਦੇ ਲਈ ਲੋਕਾਂ ਦੇ ਲਈ ਦੂਜਿਆਂ ਦੇ ਲਈ ਭਲਾਈ ਦੇ ਕੰਮ ਕਰਦਾ, ਉਹਦੇ ਵਿੱਚ ਉਹਦਾ ਕੋਈ ਸਵਾਰਥ ਨਹੀਂ ਹੁੰਦਾ। ਸੋ ਉਹਨੂੰ ਆਪਾਂ ਕਹਿੰਦੇ ਨਿਰਸਵਾਰਥ ਹੈ, ਇਹ ਭਲਾਈ ਦੇ ਕੰਮ ਕਰਦਾ, ਪਰਉਪਕਾਰੀ ਸੁਭਾਅ ਦਾ ਬੰਦਾ। ਸੋ ਇਹ ਬਹੁਤ ਇਹਨਾਂ ਨੂੰ ਭਾਈ ਬੂਟਾ ਸਿੰਘ ਜਿਵੇਂ ਕਹਿੰਦੇ ਹੁੰਦੇ ਨੇ ਵੀ ਅਸਲ ਸੱਚਮੁੱਚ ਸੰਤ ਲੋਕ ਨੇ ਜਿਹੜੇ ਆਪਾਂ ਨੂੰ ਐਡੀ ਵੱਡੀ ਸੇਵਾ ਨਿਭਾਉਂਦੇ ਨੇ। ਸੋ ਅੱਜ ਡਾਕਟਰ ਸਾਹਿਬ ਦੇ ਰਝੇਵਿਆਂ ਕਰਕੇ ਬਾਈ ਬੂਟਾ ਸਿੰਘ ਕਹਿੰਦੇ ਵੀ ਆਪਾਂ ਆਪਦੀ ਜ਼ਿੰਦਗੀ ਦੀਆਂ ਗੱਲਾਂ ਬਾਤਾਂ ਕਰ ਲਈਏ। ਮੈਂ ਇੱਥੇ ਬਾਹਰ ਰਹਿੰਦਾ, ਪਿੰਡ ਤਾਂ ਮੇਰਾ ਬਰਨਾਲਾ, ਪਰ ਮੈਂ ਬੱਚੇ ਆਏ ਹੋਏ ਸੀਗੇ ਪਹਿਲਾਂ ਬਹੁਤ ਸਾਲਾਂ ਤੋਂ, ਉਹਨਾਂ ਕਰਕੇ ਫਿਰ 2012 ਦੇ ਵਿੱਚ ਮੈਂ ਵੀ ਇੱਥੇ ਆਇਆ, ਤੇ ਖੇਤੀ ਕਰਦੇ ਆਏ ਕਿਸਾਨ ਸੀ, ਆਮ ਦੇ ਪੁੱਤ ਸੀ, ਵੱਖਰਾ ਸੰਸਾਰ, ਇੱਥੋਂ ਦੀਆਂ ਗੱਲਾਂ, ਇੱਥੋਂ ਦਾ ਵਾਤਾਵਰਨ, ਇੱਥੋਂ ਦਾ ਮਾਹੌਲ। ਸੋ ਉਹਦੇ ਵਿੱਚ ਹੁਣ ਹਜ਼ਾਰਾਂ ਗੱਲਾਂ ਨੇ, ਹਰ ਗੱਲ ਦੇ ਚੰਗੇ ਵੀ ਹੁੰਦੇ ਨੇ, ਪਹਿਲੂ ਮਾੜੇ ਵੀ ਹੁੰਦੇ ਨੇ, ਹਰ ਗੱਲ ਦੇ ਹੁੰਦੇ ਨੇ। ਕੋਈ ਵੀ ਕੰਮ ਕਰ ਲਓ ਉਹਦੇ ਵਿੱਚ ਚੰਗਿਆਈਆਂ ਵੀ ਹੁੰਦੀਆਂ ਨੇ, ਬੁਰਾਈਆਂ ਵੀ ਹੁੰਦੀਆਂ ਨੇ। ਸੋ ਜਦੋਂ ਇੱਥੇ ਆ ਕੇ ਜ਼ਿੰਦਗੀ ਸ਼ੁਰੂ ਕਰੀ ਤਾਂ ਜਿਉਣਾ ਸ਼ੁਰੂ ਕਰਿਆ ਤਾਂ ਬਹੁਤ ਬਹੁਤ ਗੱਲਾਂ ਇੱਥੋਂ ਦੀਆਂ ਚੰਗੀਆਂ ਲੱਗੀਆਂ, ਬਹੁਤ ਮਾੜੀਆਂ ਲੱਗੀਆਂ। ਚੰਗੀਆਂ ਤਾਂ ਇੱਥੋਂ ਦੀਆਂ ਇਹ ਲੱਗੀਆਂ ਵੀ ਜਿਹੜੇ ਇਹਨਾਂ ਦੇਸ਼ਾਂ ਦਾ ਇੱਥੋਂ ਦੀਆਂ ਸਰਕਾਰਾਂ ਨੇ, ਇੱਥੋਂ ਦੇ ਸਿਸਟਮ ਨੇ, ਇੱਥੋਂ ਦੇ ਕਾਨੂੰਨ, ਅਮਨ ਕਾਨੂੰਨ ਦੀ ਜ਼ਿੰਦਗੀ ਆ ਉਹਦਾ ਕੋਈ ਮੁੱਲ ਨਹੀਂ। ਆਪਣੇ ਮੁਲਕਾਂ ਦੇ ਨਾਲ ਜੇ ਉਹਦੀ ਤੁਲਨਾ ਕਰੀਏ ਤਾਂ ਉਹ ਜੇ ਧਰਤੀ ਸਮਾਨ ਜਿੰਨਾ ਫਰਕ ਆ, ਇੰਨਾ ਫਰਕ ਆ ਵੀ ਧਰਤੀ ਤੇ ਸਮਾਨ ਜਿੱਡਾ ਫਰਕ ਆ। ਇਹੋ ਜਿਹੇ ਮੁਲਕ ਨੇ, ਇੰਨੀਆਂ ਇੱਥੇ ਸੁੱਖ ਸਹੂਲਤਾਂ ਨੇ, ਇੰਨੇ ਵਧੀਆ ਇੱਥੇ ਕਾਨੂੰਨ ਨੇ, ਇੰਨੀਆਂ ਸਰਕਾਰਾਂ ਚੰਗੀਆਂ ਨੇ, ਕੋਈ ਇੱਥੇ ਬੇਈਮਾਨੀ ਨਹੀਂ ਕਰਦਾ, ਕੋਈ ਇੱਥੇ ਇੱਥੇ ਕੋਈ ਹੈ ਹੀ ਨਹੀਂ, ਮਾੜੀ ਜਾਂ ਚੀਜ਼ਾਂ ਬਹੁਤ ਘੱਟ ਨੇ, ਜੇ ਹੈ ਤਾਂ ਆਮ ਪਬਲਿਕ ਦਾ ਵਾਹ ਹੀ ਨਹੀਂ ਪੈਂਦਾ ਉਹਨਾਂ ਚੀਜ਼ਾਂ ਨਾਲ। ਸੋ ਆਹ ਹੁਣ ਜਿਵੇਂ ਬਿਮਾਰੀ ਆ, ਕਰੋਨਾ ਦੀ ਬਿਮਾਰੀ ਹੋਈ ਆ,
ਇਹਨਾਂ ਨੇ ਸੱਦ ਸੱਦ ਕੇ ਘਰਾਂ ਤੋਂ ਕੋਈ ਇੱਥੇ ਐਂ ਨਹੀਂ ਸੁਣਿਆ ਵੀ ਕੋਈ ਬੰਦਾ ਇਲਾਜ ਬਿਨਾਂ ਮਰ ਗਿਆ, ਕੋਈ ਬੰਦਾ ਹਸਪਤਾਲ ਚ ਗਿਆ ਉਹਨੂੰ ਆਕਸੀਜਨ ਨਹੀਂ ਮਿਲੀ, ਉਹਨੂੰ ਦਵਾਈ ਨਹੀਂ ਮਿਲੀ, ਸਾਰਾ ਇਲਾਜ ਫ੍ਰੀ ਆ, ਕੋਈ ਪੈਸਾ ਨਹੀਂ, ਬੰਦੇ ਤੇ ਲੱਖ ਲੱਗ ਜੇ, ਕਰੋੜ ਲੱਗ ਜੇ। ਹੁਣ ਮੈਂ ਇੱਥੋਂ ਜਾਣਾ, ਮੇਰਾ ਐਕਸੀਡੈਂਟ ਹੋ ਜੇ, 6 ਵੱਜ ਜੇ, ਮੈਨੂੰ 5 ਮਿੰਟਾਂ ਚ ਗੱਡੀਆਂ ਚੱਕ ਕੇ ਲੈ ਜਾਣਗੀਆਂ, ਨਾ ਉਹਨਾਂ ਨੇ ਘਰਦਿਆਂ ਨੂੰ ਪੁੱਛਣਾ, ਇਮੀਜੀਏਟ ਫੋਨ ਕਰ ਦੇਣਿਆ ਦੂਜੀਆਂ ਗੱਡੀਆਂ ਨੇ ਵੀ ਆਹ ਗੱਡੀ ਐਕਸੀਡੈਂਟ ਹੋ ਗਈ, ਇਹਨਾਂ ਨੇ ਚੱਕ ਕੇ ਮੈਨੂੰ ਮੇਰੇ ਸ਼ਹਿਰ ਦੇ ਨੇੜਲੇ ਹਸਪਤਾਲ ਚ ਲੈ ਜਾਣਾ। ਜੇ ਉੱਥੇ ਮੇਰੇ ਜ਼ਿਆਦੇ ਸੱਟਾਂ ਨੇ, ਇਹਨਾਂ ਨੇ ਕਹਿਤਾ ਵੀ ਜਿਵੇਂ ਆਪਾਂ ਕਹਿ ਦਿੰਦੇ ਹਾਂ ਵੀ ਇਹਨੂੰ ਲੁਧਿਆਣੇ ਲੈ ਜਾਓ, ਚੰਡੀਗੜ੍ਹ ਲੈ ਜਾਓ, ਤਾਂ ਉੱਥੇ 5 ਮਿੰਟਾਂ ਚ ਜਹਾਜ਼ ਆ ਜਾਣਾ, ਹੈਲੀਕਾਪਟਰ ਆ ਜਾਣਾ, ਉਹਨਾਂ ਨੇ ਘਰਦਿਆਂ ਨੂੰ ਨਹੀਂ ਡੀਕਣਾ, ਉਹਨਾਂ ਨੇ ਉੱਥੇ ਮੈਨੂੰ ਪਾਉਣਾ ਹੈਲੀਕਾਪਟਰ ਦੇ ਵਿੱਚ, ਮੈਨੂੰ ਵੱਡੇ ਹਸਪਤਾਲ ਜਿੱਥੇ ਇਲਾਜ ਹੋਣਾ ਉੱਥੇ ਲੈ ਜਾਣਾ। ਮੇਰੇ ਤੇ ਲੱਖ ਲੱਗ ਜੇ, ਮੇਰੇ ਤੇ ਕਰੋੜ ਲੱਗ ਜੇ, ਘਰਦਿਆਂ ਨੂੰ ਕੋਈ ਪਰਵਾਹ ਨਹੀਂ, ਘਰਦਿਆਂ ਨੂੰ ਕੋਈ ਚਿੰਤਾ ਨਹੀਂ ਇਸ ਗੱਲ ਦੀ। ਸੋ ਜਦੋਂ ਇਹੋ ਜਿਹੀਆਂ ਗੱਲਾਂ ਦੇਖਦੇ ਇਹਨਾਂ ਦੇਸ਼ਾਂ ਦੀਆਂ, ਫਿਰ ਉਦੋਂ ਕਹੀਦਾ ਵੀ ਬਹੁਤ ਬਹੁਤ ਵੱਡੇ ਫਰਕ ਨੇ। ਉਹਦੇ ਵਿੱਚ ਇਹ ਆ ਵੀ ਇੱਕ ਤਾਂ ਦੇਸ਼ ਅਮੀਰ ਨੇ, ਦੂਜੀ ਗੱਲ ਇਹ ਚੰਗੇ ਨੇ, ਇਮਾਨਦਾਰ ਨੇ, ਅਮੀਰ ਇੰਨੇ ਨੇ। ਜਿਹੜਾ ਕੈਨੇਡਾ ਦੇਸ਼, ਮੈਂ ਇੱਥੇ ਰਹਿੰਦਾ, ਇਹਦੀ ਜਿਹੜੀ ਜ਼ਮੀਨ ਆ, ਇਹ ਭਾਰਤ ਨਾਲੋਂ, ਹਿੰਦੁਸਤਾਨ ਨਾਲੋਂ 4 ਗੁਣਾ ਵੱਡੀ ਧਰਤੀ ਆ ਇਹਦੇ ਕੋਲ। ਇਹਦਾ ਖੇਤਰਫਲ ਆ ਜਿਹੜਾ ਭਾਰਤ ਨਾਲੋਂ 4 ਗੁਣਾ ਵੱਡਾ, ਤੇ ਇਹਦੀ ਬਸੋਂ ਜਿਹੜੀ, ਇਹਦੀ ਆਬਾਦੀ ਆ, ਉਹ ਇਹਦੀ ਆਬਾਦੀ ਇਹਦੀ ਪੰਜਾਬ ਜਿੰਨੀ ਆ, ਪੰਜਾਬ ਤੋਂ ਵੀ ਘੱਟ ਆ, 3 ਕਰੋੜ। ਹਾਂ, ਪੰਜਾਬ ਜਿੰਨੀ ਆ, 3.5-3.5 ਕਰੋੜ ਆਬਾਦੀ ਆ ਇਹਦੀ ਕੈਨੇਡਾ ਦੀ। ਮੁਲਕ ਇਹ ਹਿੰਦੁਸਤਾਨ ਨਾਲੋਂ 4 ਗੁਣਾ ਵੱਡਾ, ਤੇ ਆਬਾਦੀ ਇਹਦੀ 30 ਗੁਣਾ ਘੱਟ ਹਿੰਦੁਸਤਾਨ ਦੀ, ਇਹ ਤੋਂ 30 ਗੁਣਾ ਵੱਧ ਆਬਾਦੀ। ਮੈਂ ਇੱਕ ਵਾਰੀ ਹਿਸਾਬ ਲਾ ਕੇ ਦੇਖਦਾ ਸੀ ਵੀ ਜੇ ਇਹਦਾ ਆਪਾਂ ਇਹਦਾ ਕਰਨਾ ਹੋਵੇ ਵੀ ਜਿਵੇਂ ਆਪਣੇ ਨਾਲੋਂ ਇਹ 120 ਗੁਣਾ ਅਮੀਰ ਦੇਸ਼ ਆ। ਜੇ ਬਰਨਾਲੇ ਚ ਆਪਾਂ ਗਿਣ ਲਈਏ ਵੀ ਮੇਰੇ ਕੋਲ 1 ਕਿੱਲਾ ਜ਼ਮੀਨ ਆ, ਮੇਰੇ ਪਿੰਡ ਚ ਇੱਕ ਜੱਟ ਕੋਲ 120 ਕਿੱਲੇ ਜ਼ਮੀਨ ਆ, ਤਾਂ 1 ਕਿੱਲੇ ਵਾਲੇ ਜੱਟ ਦੀ ਘਰ ਦੀ ਹਾਲਾਤ ਤੇ 120 ਕਿੱਲਿਆਂ ਵਾਲੇ ਜੱਟ ਦੇ ਘਰ ਦੇ ਹਾਲਾਤਾਂ ਦਾ ਕਿੰਨਾ ਫਰਕ ਹੋਊਗਾ? ਉਹਨਾਂ ਦਾ ਰਹਿਣਾ ਸਹਿਣਾ ਖਾਣਾ ਪੀਣਾ ਇੰਨਾ ਫਰਕ ਆ। ਜਿਹੜਾ ਇੰਡੀਆ ਉਹ 1 ਕਿੱਲੇ ਵਾਲਾ ਜੱਟ ਆ, ਤੇ ਜਿਹੜਾ ਕੈਨੇਡਾ ਇਹ 120 ਕਿੱਲਿਆਂ ਵਾਲਾ ਘਰ ਆ, ਇੰਨਾ ਆਪਣੇ ਨਾਲੋਂ ਅਮੀਰ ਆ। ਤੇ ਦੂਜੀ ਗੱਲ ਇਹ ਆ, ਇਮਾਨਦਾਰ ਵੀ, ਜਿਹੜੀਆਂ ਤਾਂ ਸੁੱਖ ਸੁਵਿਧਾ ਨੇ ਇੱਥੋਂ ਦੀਆਂ, ਜਿਹੜੀਆਂ ਸਹੂਲਤਾਂ ਨੇ ਇੱਥੋਂ ਦੀਆਂ, ਉਹਨਾਂ ਦਾ ਤਾਂ ਕੋਈ ਵਰਣਨ ਨਹੀਂ ਕੀਤਾ ਜਾ ਸਕਦਾ। ਹੁਣ ਕੰਮ ਸੀ ਕਵੋ, ਇੱਥੇ ਵੀ ਬਿਮਾਰੀ ਰਹੀ ਆ ਬਾਈ ਕੁਲਦੀਪ ਸਿੰਘ, ਇੱਥੇ ਦੇਖ ਲਓ ਵੀ ਮੈਂ ਹੁਣ ਅੱਜ ਕੰਮ ਤੇ ਜਾਣਾ, ਮੈਂ ਅੱਜ ਜਾ ਕੇ ਘਰੋਂ ਕੰਪਿਊਟਰ ਤੇ ਅਪਲਾਈ ਕਰਦਿਆਂ ਵੀ ਮੈਂ ਹੁਣ ਕੰਮ ਤੇ ਨਹੀਂ ਜਾਣਾ, ਮੈਂ ਢਿੱਲਾ ਮਹਿਸੂਸ ਕਰਦਾ ਵੀ ਇਹਨਾਂ ਨੂੰ ਪਤਾ ਵੀ ਕੋਵਿਡ ਦੀ ਬਿਮਾਰੀ ਆ। ਇਹਨਾਂ ਨੇ ਮੈਨੂੰ ਕੰਪਿਊਟਰ ਤੇ, ਕੋਈ ਮੈਂ ਕਿਤੇ ਜਾਣਾ ਨਹੀਂ, ਕਿਤੇ ਅਰਜੀ ਨਹੀਂ ਦੇਣੀ, ਮੈਂ ਕੰਪਿਊਟਰ ਤੇ ਅਪਲਾਈ ਕਰ ਦੇਣਾ ਵੀ ਮੇਰਾ ਕੰਮ ਛੁੱਟ ਗਿਆ ਜਾਂ ਮੈਂ ਬਿਮਾਰ ਹਾਂ, ਮੈਂ ਕੰਮ ਕਰ ਨਹੀਂ ਸਕਦਾ। ਇਹਨਾਂ ਨੇ ਮੈਨੂੰ $2,000 ਮਹੀਨੇ ਦਾ, ਇਹਨਾਂ ਨੇ ਮੈਨੂੰ ਪਰਸੋਂ ਨੂੰ $1,000 ਮੈਨੂੰ ਪਰਸੋਂ ਨੂੰ ਮੇਰੇ ਅਕਾਊਂਟ ਚ ਆ ਜੂਗਾ ਬੈਂਕ ਚ, 15 ਦਿਨਾਂ ਬਾਅਦ ਫੇਰ 1,000 ਆ ਜੂਗਾ। 2,000 ਮੈਂ ਕਮਾਉਣਾ ਕੰਮ ਕਰਕੇ, 2,500 ਕਮਾਉਣਾ, ਤੇ 2,000 ਮੈਨੂੰ ਘਰੇ ਬੈਠੇ ਨੂੰ ਦੇਣ ਲੱਗ ਜਾਣਗੇ ਇਹ। ਉਹ ਜਿੰਨਾ ਚਿਰ ਬਿਮਾਰੀ ਆ, 6 ਮਹੀਨੇ ਸਾਲ ਇਹਨਾਂ ਨੇ ਟਾਈਮ ਰੱਖਿਆ, ਉਹਨਾਂ ਚਿਰ ਇਹ ਘਰੇ ਬੈਠੇ ਲੋਕਾਂ ਨੂੰ ਦੇ ਜਾਂਦੇ। ਸੋ ਉਹਨਾਂ ਜਿਹੜੀਆਂ ਸੁੱਖ ਸਹੂਲਤਾਂ ਨੇ, ਉਹਨਾਂ ਦੇ ਮਾਰੇ ਲੋਕ ਬਸ ਆਪਦਾ ਸਾਰਾ ਕੁਛ ਆਪਾਂ ਛੱਡ ਕੇ ਵਿਦੇਸ਼ਾਂ ਨੂੰ ਤੁਰੇ ਆਉਂਦੇ ਹਾਂ। ਤੇ ਜਿਹੜੀ ਇੱਥੋਂ ਦੇ ਇਹ ਨੇ, ਇੱਥੋਂ ਦੇ ਸਿਸਟਮ, ਇੱਥੋਂ ਦੀਆਂ ਸਰਕਾਰਾਂ, ਇੱਥੋਂ ਦੀਆਂ ਗੱਲਾਂ, ਉਹਨਾਂ ਦਾ ਕੋਈ ਅੰਤ ਨਹੀਂ। ਤੇ ਪਰ ਜਿਹੜਾ ਕੁਛ ਪਿੱਛੇ ਰਹਿ ਗਿਆ, ਜਿਹੜਾ ਕੁਛ ਇੱਥੇ ਹੈ ਨਹੀਂ, ਜਿਹੜਾ ਛੱਡਿਆ ਏ, ਉਹ ਜਦੋਂ ਉਹ ਯਾਦ ਆਉਂਦਾ, ਜਦੋਂ ਉਹਦੇ ਨਾਲ ਉਹ ਵਿਛੋੜਾ ਮਹਿਸੂਸ ਕਰਦੇ ਆ, ਫਿਰ ਉਦੋਂ ਡੋਬ ਪੈਂਦੇ ਨੇ, ਉਦੋਂ ਬਹੁਤ ਔਖੇ ਹੁੰਦੇ ਆ, ਉਦੋਂ ਬਹੁਤ ਤਕਲੀਫਾਂ ਹੁੰਦੀਆਂ ਨੇ। ਤੇ ਉਹ ਜ਼ਮੀਨਾਂ ਛੁੱਟ ਗਈਆਂ, ਘਰ ਬਾਰ ਛੁੱਟ ਗਏ, ਉਹ ਸਰਦਾਰੀਆਂ ਛੁੱਟ ਗਈਆਂ, ਉਹ ਆਪਦੇ ਸਰੀਕੇ ਕਬੀਲੇ ਰਿਸ਼ਤੇ ਸਾਰਾ ਕੁਛ ਖਤਮ ਹੋ ਗਿਆ। ਇੱਥੇ ਕੁਛ ਨੀ, ਮੈਨੂੰ 2 ਸਾਲ ਹੋ ਗਏ ਆਇਆ ਨੂੰ ਬਾਈ ਕੁਲਦੀਪ ਸਿੰਘ, 2 ਸਾਲ ਦੇ ਵਿੱਚ 1 ਵੀ ਦਿਨ ਇਹੋ ਜਿਹਾ ਨੀ, ਮੈਨੂੰ ਕੋਈ ਵਿਆਹ ਦਾ ਕਾਰਡ ਨੀ, ਕੋਈ ਮੰਗਣੇ ਦਾ ਕਾਰਡ ਨੀ, ਕਿਸੇ ਦਾ ਭੋਗ ਨੀ, ਕਿਸੇ ਦਾ ਸੰਸਕਾਰ ਨੀ, ਕੁਛ ਨੀ। ਕੰਮ ਤੇ ਜਾਈਦਾ ਇਸ ਵੇਲੇ, ਹੁਣ ਇੱਥੇ ਦਿਨ ਚੜ ਗਿਆ, 7:30 ਵੱਜ ਗਏ, ਹੁਣ ਜਾ ਕੇ ਘਰੇ ਸੌਂ ਜੂੰਗਾ।
ਦੁਪਹਿਰੋਂ ਬਾਅਦ ਉੱਠੂੰਗਾ 2-3 ਵਜੇ, ਨਹਾ ਲਏ, ਘੰਟਾ ਖਬਰਾਂ ਸੁਣ ਲਈਆਂ, ਉਦੋਂ ਨੂੰ ਬੁੜੀਆਂ ਫੇਰ ਰੋਟੀ ਬੰਨ ਦਿੰਦੀਆਂ ਨੇ, ਫਿਰ ਆ ਕੇ ਆਥਣੇ ਉੱਥੇ ਚੌਂਕੀਦਾਰਾਂ ਜਿੱਥੇ ਕੰਮ ਕਰਦੇ ਆ ਉੱਥੇ ਸਾਰੀ ਰਾਤ ਉੱਥੇ ਤੁਰੇ ਫਿਰਾਂਗੇ, ਜ਼ਿੰਦਗੀ ਆ ਤੜਕੇ ਜਾ ਕੇ ਫਿਰ ਘਰੇ ਸੌਂ ਜਾਂਗੇ। ਉਹਦੇ ਪੈਸੇ ਮਿਲਦੇ ਨੇ, ਪੈਸੇ ਪੈਸੇ ਬਹੁਤ ਮਿਲਦੇ ਨੇ। ਜੇ ਮਹੀਨੇ ਦੇ ਆਪਾਂ ਆਪਣੇ ਰੁਪਈਆਂ ਚ ਲਾਈਏ ਤਾਂ ਮੈਂ 1.5 ਲੱਖ ਰੁਪਈਆ ਮਹੀਨੇ ਦਾ ਕਮਾਉਣਾ, ਆਪਣਾ ਇੰਡੀਆ ਦਾ 1.5 ਲੱਖ ਰੁਪਈਆ ਕਮਾਉਣਾ ਚੌਂਕੀਦਾਰੇ ਚੋਂ। ਪਰ ਉਹ 1.5 ਲੱਖ ਬੰਦੇ ਨੇ ਕਰਨਾ ਕੀ ਆ? ਜੇ ਤਾਂ ਉਹ 1.5 ਲੱਖ ਪਿੰਡ ਲੈ ਕੇ ਜਾਈਏ, ਪਿੰਡ ਜਾ ਕੇ ਬਰਨਾਲੇ ਖਰਚਣਾ ਹੋਵੇ, ਫਿਰ ਤਾਂ ਉਹ 1.5 ਲੱਖ ਬਹੁਤ ਆ। ਪਰ ਉਹ ਇੱਥੇ ਹੀ ਖਰਚਣਾ, ਇੱਥੇ ਜਦੋਂ ਖਰਚਣਾ ਇੱਥੇ, ਫਿਰ ਉਹ ਡਾਲਰਾਂ ਚ ਹੀ ਖਰਚਣਾ। ਇੱਥੇ ਉਹ 1.5 ਲੱਖ ਦਾ ਬਣਦਾ ਕੁਛ ਨੀ, $3,000 ਕਮਾਉਂਦੇ ਆ, 2500, 3000, ਉਹ 3000 ਰੁਪਈਆ ਹੀ ਆ ਇੱਧਰਲਾ ਬਸ। ਫਿਰ ਇੱਥੇ ਉਹ ਰੁਪਈਆ ਵਾਂਗੂ ਚੱਲ ਜਾਂਦਾ, ਉਹਦੀ ਕੋਈ ਬਾਹਲੀ ਬੁਕਤ ਨੀ, ਬਾਹਲੀ ਕੋਈ ਉਹਦੀ ਗੱਲ ਨੀ ਹੈ। ਸੋ ਪਰ ਫਿਰ ਜਦੋਂ ਇੱਥੇ ਉਹ ਦੇਖਦੇ ਆ ਮਗਰਲੇ ਜਿਹੜਾ ਆਪਦਾ ਮਾਹੌਲ ਛੱਡਿਆ ਹੈ, ਆਪਦਾ ਭਾਈਚਾਰਾ, ਆਪਦੇ ਭੈਣ ਭਰਾ, ਆਪਦੇ ਖੇਤ, ਆਪਦੇ ਘਰ ਬਾਰ, ਸੋ ਜਦੋਂ ਉਹ ਯਾਦ ਆ ਮਿਊਟ ਹੋ ਗਏ ਜੀ ਤੁਸੀਂ ਕਰਨ। ਹਾਂਜੀ ਕਰੋ, ਪਤਾ ਮੈਂ ਚਲਾਉਂਦਾ ਸੀ, ਪਤਾ ਨੀ ਲੱਗਿਆ ਕਦੋਂ ਬੰਦ ਹੋ ਗਈ ਗੱਡੀ, ਕੰਨੀ ਧਿਆਨ ਸੀਗਾ ਸੜਕ ਕੰਨੀ ਧਿਆਨ ਨਹੀਂ ਸੀ। ਹਾਂਜੀ ਹੁਣ ਆਉਂਦੀ ਆ ਆਵਾਜ਼ ਬਾਈ? ਹਾਂਜੀ ਹਾਂਜੀ ਆ ਰਹੀ ਹੈ ਜੀ। ਸੋ ਹੁਣ ਮੈਨੂੰ ਪਤਾ ਨੀ ਕਿੰਨੇ ਕਿੱਥੇ ਕੁ ਗੱਲ ਚੱਲਦੀ ਸੀ, ਕਿੱਥੇ ਕੁ ਬੰਦ ਹੋਈ ਹੈ। ਹਾਂਜੀ ਹਾਂਜੀ ਤੁਸੀਂ ਉਹ ਦੱਸ ਰਹੇ ਸੀਗੇ ਕਿ ਜਿਹੜਾ ਹੈਗਾ ਇੱਥੋਂ ਦੇ ਸਿਸਟਮ ਆ ਜਿਹੜੇ ਉਹ ਬਹੁਤ ਵਧੀਆ ਨੇ, ਤੇ ਪਰ ਮਜਬੂਰੀ ਬਸ ਜਾਣਾ ਪਿਆ ਪਿੱਛੇ, ਜਿਹੜੇ ਹੈਗਾ ਪਿਛਲੀਆਂ ਯਾਦਾਂ ਨੇ ਉਹ ਸਤਾਉਂਦੀਆਂ ਨੇ। ਹਾਂ ਉਹ ਸਤਾਉਂਦੀਆਂ ਨੇ। ਹੁਣ ਮੈਂ ਗੱਲ ਕਰਦਾ ਸੀ ਵੀ ਮੈਂ 1.5 ਲੱਖ ਰੁਪਈਆ ਮਹੀਨੇ ਦਾ, ਆਪਣਾ ਇੰਡੀਆ ਦਾ, ਮੈਂ 1.5 ਲੱਖ ਰੁਪਈਆ ਮਹੀਨੇ ਦਾ ਕਮਾਉਣਾ। ਪਰ ਜਦੋਂ ਮੈਂ ਸੋਚਦਾ 1.5 ਲੱਖ ਦਾ ਕਰਨਾ ਕੀ ਆ, ਉਹ ਤਾਂ ਬੱਚਿਆਂ ਨੂੰ ਹੀ ਦੇ ਦੇਣਾ ਨਾ ਬੰਦੇ ਨੇ। ਮੇਰੀ ਜਿਹੜੀ ਜ਼ਿੰਦਗੀ ਸੀ ਉਹ ਤਾਂ ਨਰਕ ਬਣ ਗਈ। ਮੈਂ ਜੇ 15-20 ਲੱਖ ਰੁਪਈਆ ਸਾਲ ਚ ਕਮਾ ਕੇ ਜਵਾਕਾਂ ਨੂੰ ਦੇ ਦੂੰਗਾ, ਉਹਨਾਂ ਨੂੰ ਤਾਂ ਜ਼ਮੀਨਾਂ ਜਾਇਦਾਦਾਂ ਬਹੁਤ ਕੁਛ ਦੇ ਕੇ ਜਾਣਾ, ਕਿਉਂਕਿ ਬੱਚੇ ਇੱਥੇ ਆ ਗਏ। ਉਹ ਤਾਂ ਹੁਣ ਇਹ ਕਹਿੰਦੇ ਨੇ ਵੀ ਤੁਸੀਂ ਕਿਹੜੇ ਵੇਲੇ ਜ਼ਮੀਨਾਂ ਵੇਚੋ, ਅਸੀਂ ਤਾਂ ਪਿੰਡ ਜਾਣਾ ਨੀ, ਸਾਨੂੰ ਪੈਸੇ ਦੇਵੋ, ਅਸੀਂ ਇੱਥੇ ਉਹਦਾ ਜੋ ਮਰਜ਼ੀ ਆ ਅਸੀਂ ਖਾ ਲਈਏ, ਅਸੀਂ ਰੱਖ ਲਈਏ, ਅਸੀਂ ਵੇਚ ਲਈਏ, ਅਸੀਂ ਵੱਟ ਲਈਏ, ਅਸੀਂ ਤਾਂ ਉੱਥੇ ਜਾਣਾ ਨੀ, ਸਾਨੂੰ ਜ਼ਮੀਨ ਵੇਚ ਕੇ ਪੈਸੇ ਦੇ ਦਿਓ। ਉਹ ਜ਼ਮੀਨਾਂ ਹੁਣ ਆਪਾਂ ਜ਼ਮੀਨਾਂ ਇੱਕ ਦਿਨ ਚ ਤਾਂ ਉਹ ਬਾਈ ਕੁਲਦੀਪ ਸਿੰਘ ਬਣੀਆਂ ਨੀ, ਜ਼ਮੀਨਾਂ ਚ ਤਾਂ ਪੁਸ਼ਤਾਂ ਖੱਪ ਗਈਆਂ, ਪੀੜੀਆਂ ਦੀਆਂ ਪੀੜੀਆਂ ਉਹ ਜ਼ਮੀਨਾਂ ਚ ਲੱਗ ਗਈਆਂ। ਉਹ ਜਦੋਂ ਵੇਚਣ ਦੀ ਗੱਲ ਕਰਦੇ ਨੇ ਬੱਚੇ, ਫਿਰ ਡੋਬ ਪੈਂਦਾ ਬਹੁਤ ਬਹੁਤ ਮਨ ਨੂੰ, ਫਿਰ ਉਹ ਗੱਲ ਨੀ ਹੁੰਦੀ ਵੀ ਵੇਚੋ ਵੇਚਣੀ। ਵੇਚਿਆ ਤਾਂ ਪਸ਼ੂ ਨੀ ਜਾਂਦਾ ਜੱਟ ਤੋਂ ਘਰ, ਤਾਂ ਮੈਂਸ ਵੇਚਣੀ ਹੋਵੇ ਟੱਬਰ ਦੱਸ ਦੇਣ, ਚੱਜ ਨਾਲ ਰੋਟੀ ਨੀ ਖਾਂਦਾ ਜੇ ਡੰਗਰ ਵੇਚਦੀ ਹੈ ਘਰ ਦਾ। ਤੇ ਜ਼ਮੀਨਾਂ ਵੇਚਣੀਆਂ ਤਾਂ ਬਹੁਤ ਔਖੀ ਗੱਲ ਆ ਵੀ ਏਡੀਆਂ ਏਡੀਆਂ ਜਾਇਦਾਦਾਂ ਵੇਚਣੀਆਂ। ਫਿਰ ਕਹੀਦਾ ਵੀ ਨਹੀਂ ਭਰਾਵੋ ਗੁੱਸੇ ਰਹੋ ਰਾਜ਼ੀ ਰਹੋ, ਅਸੀਂ ਜਿਉਂਦੇ ਤਾਂ ਵੇਚ ਨੀ ਸਕਦੇ, ਜਿੱਦੇ ਅਸੀਂ ਨਾ ਹੋਏ ਅਸੀਂ ਕਿਹੜਾ ਬੈਠੇ ਰਹਿਣਾ, ਫਿਰ ਤੁਸੀਂ ਜਾਇਓ ਨਾਲੇ ਸਾਡਾ ਭੋਗ ਭੁਗ ਪਾਇਆ ਆਇਓ, ਤੇ ਨਾਲੇ ਫੁੱਲ ਪਾਇਆ ਆਇਓ, ਨਾਲੇ ਉੱਥੇ ਤੁਸੀਂ ਜ਼ਮੀਨਾਂ ਵੇਚ ਆਇਓ, ਸਾਥੋਂ ਜਿਉਂਦਿਆਂ ਤੋਂ ਤਾਂ ਵਿਕਦੀਆਂ ਨੀ ਹੈ। ਜਦੋਂ ਉਹਨਾਂ ਨੂੰ ਕਹਿੰਦੇ ਆ ਵੇਚਣ ਦੀਆਂ ਵੀ, ਫਿਰ ਨਾਲ ਦੀ ਨਾਲ ਐਂ ਆਉਂਦਾ ਵੀ ਯਾਰ ਇਹ ਕਿਹਨੂੰ ਵੇਚਣਗੇ, ਇਹਨਾਂ ਤੋਂ ਖਰੀਦੂਗਾ ਕੌਣ, ਜ਼ਮੀਨਾਂ ਲਊਗਾ ਕੌਣ। ਹਰ ਪਿੰਡ ਦੇ ਵਿੱਚੋਂ ਜੇ 200 ਘਰ ਆ ਕਿਸੇ ਪਿੰਡ, ਤਾਂ ਘੱਟੋ ਘੱਟ 150 ਘਰ ਦੇ ਜਵਾਕ ਬਾਹਰਲੇ ਮੁਲਕ ਚ ਆ ਗਏ, 50 ਘਰ ਮਸਾਂ ਨੇ ਜਿਨ੍ਹਾਂ ਦੇ ਬੱਚੇ ਆਏ ਨੀ ਆ ਪੜ੍ਹਨ ਲਈ, ਤਾਂ ਘਰ ਘਰ ਦਾ ਜਵਾਕ ਪੜ੍ਹਨ ਲਈ ਬਾਹਰ ਆ ਗਿਆ। ਜਿੱਦੇ ਅੱਜ ਨੀ 5 ਸਾਲ ਨੂੰ, 7 ਸਾਲ ਨੂੰ, 10 ਸਾਲ ਨੂੰ ਜਿਹੜੇ ਬੱਚੇ ਆ ਗਏ, ਉਹਨਾਂ ਸਾਰਿਆਂ ਨੇ ਜ਼ਮੀਨਾਂ ਵੇਚਣੀਆਂ ਨੇ। ਉਹ ਕੱਲੇ 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 ਬੱਚੇ ਨੇ, ਜਿਹੜਾ ਇੱਥੇ ਆ ਗਿਆ ਮੁੜ ਕੇ ਨੀ ਜਾਂਦਾ, ਭੁੱਲ ਜੇ ਕੋਈ ਵੀ ਮੁੜ ਕੇ ਜਾਊਗਾ, ਤੇ ਉਹਨਾਂ ਸਭ ਨੇ ਵੇਚਣੀਆਂ ਨੇ। ਫਿਰ ਜਦੋਂ ਮੈਂ ਸੋਚਦਾ ਉਹਨਾਂ ਵੀ ਸਭ ਨੇ ਵਿਕਾਊ ਕਰਤੀਆਂ, ਫਿਰ ਖਰੀਦੂਗਾ ਕੌਣ, ਜ਼ਮੀਨ ਤਾਂ ਕਿਸੇ ਨੇ ਖਰੀਦਣੀ ਹੋਈ ਨੀ, ਫਿਰ ਕਿਸੇ ਭਾਵ ਨੀ ਖਰੀਦਣੀ। ਮੈਨੂੰ ਐਂ ਲੱਗਦਾ ਹੁੰਦਾ ਵੀ ਅੱਜ ਤੋਂ 10 ਸਾਲਾਂ ਨੂੰ ਪੰਜਾਬ ਚ ਜ਼ਮੀਨ ਦਾ ਕੋਈ ਭਾਅ ਨੀ ਹੋਣਾ,
ਕੋਈ ਨਾ ਪੰਜ ਨੂੰ ਵਿਕਣੀ ਆ ਨਾ ਸੱਤ ਨੂੰ, ਜਦੋਂ ਇੱਕ ਇੱਕ ਪਿੰਡ ਚ 200-200 ਘਰ ਨੇ ਜ਼ਮੀਨ ਬਕਾਊ ਕਰਤੀ, ਤੁਸੀਂ ਸੋਚ ਕੇ ਦੇਖੋ ਵੀ ਲਊਗਾ ਕੌਣ। ਜਿਹੜੇ 50 ਘਰ ਰਹਿੰਦੇ ਹੋਏ ਉਹ 200 ਘਰ ਦੀ ਜ਼ਮੀਨ ਤਾਂ ਲੈਣੋ ਰਹੇ ਬਈ, ਫਿਰ ਐਂ ਸੋਚੀਦਾ ਵੀ ਇਹ ਬਣੂਗਾ ਕੀ ਜ਼ਮੀਨਾਂ ਦਾ। ਨਾ ਆਪਣਾ ਵੇਚਣ ਨੂੰ ਜੀ ਕਰਦਾ, ਨਾ ਹੀ ਬੱਚਿਆਂ ਤੋਂ ਵਿਕਣੀਆਂ ਨੇ। ਜਦੋਂ ਆਪਾਂ ਨੀ ਬੇਚ, ਫਿਰ ਐਂ ਸੋਚੀਦਾ ਵੀ ਬੱਚਿਆਂ ਤੋਂ ਤਾਂ ਲੋਕ ਉਈ ਦੱਬ ਲੈਣਗੇ ਪਿੰਡ ਗਿਆਂ ਦੀ, ਉੱਥੇ ਕੋਈ ਮਾੜੀ ਮੋਟੀ ਲੜਾਈ ਝਗੜਾ ਹੋ ਗਿਆ ਕੇਸ ਬਣ ਗਿਆ ਤੇ ਪੁਲਿਸ ਵਾਲੇ ਕਹਿੰਦੇ ਆ ਵੀ ਪਾਸਪੋਰਟ ਜਮਾ ਕਰਾ ਦੇ, ਹੁਣ ਤੁਹਾਡੇ ਤਾਂ ਕੇਸ ਬਣ ਗਿਆ, ਤੁਸੀਂ ਤਾਂ ਬਾਹਰ ਤਾਂ ਭਾਈ ਜਾ ਨੀ ਸਕਦੇ। ਉਹਦਾ ਜਵਾਕ ਤਾਂ ਕਹਿਣਗੇ ਵੀ ਸਾਨੂੰ ਆਹ ਕੀ ਪੰਗਾ ਪੈ ਗਿਆ, ਸਾਤੋਂ ਅੰਗੂਠਾ ਲਵਾਓ, ਸਾਡਾ ਖਹਿੜਾ ਛੱਡੋ, ਸਾਡਾ ਤਾਂ ਕੋਈ ਰੌਲਾ ਨੀ, ਅਸੀਂ ਤਾਂ ਜ਼ਮੀਨ ਵੀ ਛੱਡੀ, ਘਰ ਵੀ ਛੱਡਿਆ, ਸਾਡਾ ਪਾਸਪੋਰਟ ਫੜਾਓ, ਅਸੀਂ ਤਾਂ ਉਹਦੇ ਬੱਚਿਆਂ ਕੋਲੇ ਜਾਣਾ, ਅਸੀਂ ਕਿਹੜੇ ਸਿਆਪੇ ਚ ਪੈ ਗਏ, ਸਾਨੂੰ ਨਿਕਾਸੇ ਦੀ ਲੋੜ, ਸਾਡੀ ਸਾਡੀ ਜਾਨ ਛੱਡੋ। ਉਹ ਜਦੋਂ ਉਹ ਗੱਲਾਂ ਸੋਚੀ ਦੀਆਂ ਨੇ ਵੀ ਬੱਚਿਆਂ ਤੋਂ ਤਾਂ ਵਿਕਣੀਆਂ ਵੀ ਨੀ ਹੈ, ਫਿਰ ਡੋਬ ਪੈਂਦੇ ਨੇ ਵੀ ਯਾਰ ਕਿਹੜੇ ਰਾਹ ਪੈ ਗਏ ਆਪਾਂ, ਇਹ ਕੀ ਕਰ ਬੈਠੇ, ਤਾਂ ਸੋਚਿਆ ਹੀ ਨੀ ਸੀ ਵੀ ਆਹ ਕੁਛ ਹੋ ਜਾਊਗਾ ਮੂਹਰੇ। ਆਪਾਂ ਤਾਂ ਉਹੀ ਚਾਅ ਚੜਾ ਲਿਆ ਵੀ ਮੇਰਾ ਮੁੰਡਾ ਕੈਨੇਡਾ ਵਗ ਗਿਆ, ਮੇਰੀ ਕੁੜੀ ਦਾ ਉੱਧਰ ਰਿਸ਼ਤਾ ਹੋ ਗਿਆ ਅਮਰੀਕਾ ਚ, ਇੰਗਲੈਂਡ ਚ, ਕੈਨੇਡਾ ਚ, ਬਸ ਅਸੀਂ ਵੀ ਵਗ ਜਾਂਗੇ। ਉਹ ਤਾਂ ਉਹੀ ਕੱਛਾਂ ਬਜਾਈ ਗਏ। ਆਹ ਗੱਲਾਂ ਜਿਹੜੀਆਂ ਹੁਣ ਮੂਹਰੇ ਆ ਰਹੀਆਂ ਨੇ, ਇਹ ਇਹ ਗੱਲਾਂ ਤਾਂ ਉਦੋਂ ਸੋਚੀਆਂ ਹੀ ਨੀ ਸੀ ਵੀ ਆਹ ਕੁਛ ਵੀ ਮੂਹਰੇ ਆਊਗਾ। ਉਹ ਹੁਣ ਹੁਣ ਸੱਚਮੁੱਚ ਜੇ ਪੁੱਛਦੇ ਹੋ ਵੀ ਇਹਨਾਂ ਗੱਲਾਂ ਨੂੰ ਯਾਦ ਕਰਕੇ ਦੌਰੇ ਪੈਂਦੇ ਨੇ, ਫਿਰ ਕਹੀਦਾ ਵੀ ਬਹੁਤ ਗਲਤ ਕੰਮ ਕਰ ਬੈਠੇ। ਕਿਉਂਕਿ ਬੰਦਾ ਜਦੋਂ ਕਰਦਾ ਨਾ, ਉਦੋਂ ਬੰਦੇ ਨੂੰ ਉਦੋਂ ਆਪਾਂ ਸੋਚਦੇ ਹੀ ਨੀ ਹਾਂ ਵੀ ਆਪਾਂ ਕੀ ਕਰੀ ਜਾਂਦੇ ਹਾਂ ਤੇ ਇਹਦੇ ਰਿਜ਼ਲਟ ਕੀ ਨਿਕਲਣਗੇ, ਇਹਦਾ ਇਹਦਾ ਬਣੂਗਾ ਕੀ, ਇਹਦਾ ਹੋਊਗਾ ਕੀ। ਉਹ ਹੁਣ ਅੱਗੇ ਕੀ ਸੀ ਵੀ ਜੇ ਚਾਰ ਭਾਈ ਆ, ਇੱਕ ਭਾਈ ਬਾਹਰ ਵਗ ਗਿਆ, ਤਿੰਨ ਭਾਈ ਪਿੰਡ ਖੇਤੀ ਕਰਦੇ ਆ, ਪਿਆਰ ਸੀ ਟੱਬਰਾਂ ਦਾ, ਟੱਬਰ ਇਕੱਠੇ ਸੀ, ਉਹਨੇ ਕੁਛ ਥੋੜੇ ਵਾਲੇ ਪੈਸੇ ਬਾਹਰੋਂ ਭੇਜਤੇ, ਕੁਛ ਪਿੰਡ ਵਾਲਿਆਂ ਨੇ ਖੇਤੀਬਾਹੀ ਚੋਂ ਜੋੜ ਲਏ, ਕਦੇ ਉਹਨਾਂ ਨੇ ਬੋਰ ਕਰ ਲਿਆ, ਕਦੇ ਉਹਨਾਂ ਨੇ ਘਰ ਪਾ ਲਿਆ, ਕਦੇ ਕੋਈ ਕਿੱਲਾ ਦੋ ਕਿੱਲੇ ਜ਼ਮੀਨ ਅੜਕਾ ਲਈ, ਕੁਛ ਪੈਸੇ ਬਾਹਰਲੇ ਭਰਾ ਨੇ ਭੇਜਤੇ, ਕੁਛ ਪਿੰਡ ਵਾਲਿਆਂ ਨੇ ਜੋੜ ਲਏ। ਉਦੋਂ ਕੈਨੇਡਾ ਅਮਰੀਕਾ ਵਧੀਆ ਲੱਗਦਾ ਸੀ ਵੀ ਹਾਂ ਯਾਰ ਬਹੁਤ ਵਧੀਆ, ਆਪਾਂ ਵੀ ਇਹਨਾਂ ਦਾ, ਆਪਾਂ ਕਹਿੰਦੇ ਵੀ ਇਹਨਾਂ ਦਾ ਤਾਂ ਇੱਕ ਭਾਈ ਬਲੈਤ ਚ ਗਿਆ ਵਾ, ਬਲੈਤ ਹੀ ਕਹਿੰਦੇ ਲੋਕ ਆ, ਕੈਨੇਡਾ ਅਮਰੀਕਾ ਤਾਂ ਹੁਣ ਪਤਾ ਲੱਗਿਆ ਲੋਕਾਂ ਨੇ ਕਹਿਣਾ ਇਹਨਾਂ ਦਾ ਇੱਕ ਮੁੰਡਾ ਬਲੈਤ ਚ ਗਿਆ ਵਾ, ਇਹ ਸੌਖੇ ਨੇ ਭਾਈ, ਇਹ ਤਾਂ 1-2 ਕਿੱਲੇ ਸਾਲ 2 ਸਾਲ ਬਾਅਦ ਲੈਂਦੇ ਹੀ ਰਹਿੰਦੇ ਨੇ। ਤੇ ਹੁਣ ਇਹ ਹਾਲਤ ਹੋ ਗਈ ਵੀ ਉਹ ਲੈਣ ਵਾਲੀ ਗੱਲ ਤਾਂ ਮੁੱਕ ਗਈ, ਹੁਣ ਤਾਂ ਬਲੈਤ ਵਾਲਿਆਂ ਦੀ ਸਾਰਿਆਂ ਦੀ ਜ਼ਮੀਨ ਵਿਕਣੀ ਆ, ਕੱਲੇ ਕੱਲੇ ਦੀ ਜਾਇਦਾਦ ਵਿਕਣੀ ਆ। ਤੇ ਉਹ ਕਦੋਂ ਵਿਕੂ, ਕਿਵੇਂ ਵਿਕੂ, ਕੌਣ ਲਊ, ਕਿੱਧਰ ਨੂੰ ਜਾਣਗੇ, ਪੈਸਾ ਕਿਵੇਂ ਇੱਥੇ ਆਊਗਾ, ਉਹਦੀ ਕੋਈ ਸਮਝ ਨਹੀਂ ਆਉਂਦੀ। ਫਿਰ ਦੌਰੇ ਪੈਂਦੇ ਨੇ, ਫਿਰ ਬੰਦੇ ਫਿਰ ਗੱਲ ਹੀ ਨਹੀਂ ਕਰਦੇ ਬੰਦੇ। ਇਹ ਗੱਲਾਂ ਜਿਹੜੀਆਂ ਹੁਣ ਮੈਂ ਕਰਦਾ ਇੱਥੇ ਵੀ ਅਸੀਂ ਬੈਠੇ ਕਰਦੇ ਹਾਂ, ਜਦੋਂ ਸਿਆਣੇ ਬੰਦੇ ਗੁਰਦੁਆਰੇ ਕਿਤੇ ਇਕੱਠੇ ਹੁੰਦੇ ਨੇ, ਊਂ ਤਾਂ ਹੁੰਦੇ ਨੀ, ਕਦੇ ਗੁਰੂ ਘਰ ਵਗ ਜਾਈ, ਉੱਥੇ ਫਿਰ ਇਹ ਗੱਲਾਂ ਚੱਲਦੀਆਂ ਨੇ ਵੀ ਯਾਰ ਆਪਾਂ ਆਪਾਂ ਤੋਂ ਆਹ ਕੀ ਹੋ ਗਿਆ, ਹੁਣ ਆਪਾਂ ਫਿਰ ਕਿਵੇਂ ਕਰੀਏ, ਹੁਣ ਆਪਾਂ ਕਿੱਧਰ ਨੂੰ ਜਾਈਏ। ਤੇ ਉਹ ਇਲਾਜ ਕਿਸੇ ਕੋਲੇ ਨੀ ਇਹਨਾਂ ਗੱਲਾਂ ਦਾ, ਕਿਸੇ ਕੋਲੇ ਇਹਨਾਂ ਦਾ ਹੱਲ ਨੀ, ਕਿਸੇ ਕੋਲੇ ਇਹਨਾਂ ਦਾ ਇਲਾਜ ਨੀ, ਉਹ ਕੋਈ ਕੁਛ ਕਹੀ ਜਾਂਦਾ, ਕੋਈ ਕੁਛ ਕਹੀ ਜਾਂਦਾ। ਤੇ ਪਰ ਇਹ ਉਦੋਂ ਸੋਚਿਆ ਨੀ ਸੀ ਵੀ ਆਹ ਕੁਛ ਹੋਊਗਾ, ਉਦੋਂ ਇਹ ਗੱਲਾਂ ਦਿਮਾਗ ਚ ਨੀ ਸੀ। ਇਹ ਹੁਣ ਇਹੋ ਜਿਹੇ ਕਸੂਤੇ ਫਸੇ ਆ ਵੀ ਸੱਪ ਦੇ ਮੂੰਹ ਕੋੜ ਕਿਣ ਲਈ ਆ, ਨਾ ਖਾਣ ਜੋਕਰਾ ਤੇ ਨਾ ਛੱਡਣ ਜੋਕਰਾ। ਸੋ ਇਹ ਗੱਲਾਂ ਦਾ ਬੇਹੱਦ ਵੱਡੀ ਔਖ ਆ। ਹਾਂ ਜੇ ਊਂ ਦੇਖਦੇ ਹਾਂ ਮੁਲਕਾਂ ਦੀ ਜਿਵੇਂ ਗੱਲ ਕਰਦੇ ਹਾਂ, ਉਹਦਾ ਕੋਈ ਅੰਤ ਨਹੀਂ ਹੈ, ਇਹਨਾਂ ਮੁਲਕਾਂ ਦਾ ਕੋਈ ਅੰਤ ਨਹੀਂ, ਇੱਥੋਂ ਦੀਆਂ ਸਰਕਾਰਾਂ ਦਾ ਅੰਤ ਨਹੀਂ, ਇੱਥੋਂ ਦੇ ਸਿਸਟਮ ਦਾ ਅੰਤ ਨਹੀਂ। ਪਰ ਇੱਕ ਗੱਲ ਮੈਂ ਜ਼ਰੂਰ ਸੋਚਦਾ ਵੀ ਆਪਾਂ ਨਾ ਉਈ ਰਿਸੋ ਰੀਸ ਦੁਨੀਆਂ ਭੱਜ ਲਈ, ਕਿਸੇ ਨੇ ਇਹ ਨਹੀਂ ਸੋਚਿਆ ਵੀ ਮੈਂ ਕਿਉਂ ਜਾਣਾ। ਆਪਾਂ ਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਜਿਹੜਾ ਵੀ ਆਪਾਂ ਕੰਮ ਕਰੀਏ, ਆਪਾਂ ਨੂੰ ਸੋਚਣਾ ਚਾਹੀਦਾ ਵੀ ਇਹ ਕੰਮ ਮੈਂ ਕਿਉਂ ਕਰਦਾ, ਕਿ ਮੇਰੇ ਲਈ ਕਰਨਾ ਇਹ ਬਹੁਤ ਜ਼ਰੂਰੀ ਆ, ਕਿ ਇਹਨੂੰ ਕਰੇ ਬਿਨਾਂ ਸਰ ਨਹੀਂ ਸਕਦਾ, ਜੇ ਕਰਦਾ ਇਹਦਾ ਲਾਭ ਕੀ ਆ, ਇਹਦਾ ਨੁਕਸਾਨ ਕੀ ਆ। ਇਹ ਬੰਦੇ ਨੂੰ ਹਰੇਕ ਨੂੰ ਸੋਚਣਾ ਚਾਹੀਦਾ। ਹੁਣ ਬਾਹਰਲੇ ਮੁਲਕਾਂ ਨੂੰ ਵੀ ਜਿੰਨੀ ਦੁਨੀਆਂ ਆਪਣਾ ਘਰ ਘਰ ਦਾ ਜਵਾਕ ਕਹਿੰਦਾ ਮੈਨੂੰ ਬਾਹਰ ਭੇਜ ਦਿਓ, ਮੈਨੂੰ ਬਾਹਰ ਭੇਜ ਦਿਓ, ਮੈਨੂੰ ਬਾਹਰ ਭੇਜ ਦਿਓ, ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਕੋਈ ਬੰਦਾ ਇਹ ਸੋਚਦਾ ਹੋਵੇ ਵੀ ਬਾਹਰ ਮੈਂ ਜਾਂਦਾ ਕਿਉਂ ਆ, ਇੱਥੇ ਮੈਨੂੰ ਕੀ ਘਾਟਾ, ਉੱਥੇ ਜਾ ਕੇ ਮੈਨੂੰ ਕੀ ਫਾਇਦਾ, ਉੱਥੇ ਜਾ ਕੇ ਨੁਕਸਾਨ ਕੀ ਹੋਊਗਾ, ਫਾਇਦਾ ਕੀ ਹੋਊਗਾ, ਇਹ ਤਾਂ ਕੋਈ ਹਿਸਾਬ ਲਾਉਂਦਾ ਹੀ ਨਹੀਂ। ਇੱਕੋ ਹੀ ਆ ਵੀ ਉਹ ਗੁਆਂਢੀਆਂ ਦਾ ਮੁੰਡਾ ਵਗ ਗਿਆ, ਮੈਂ ਵੀ ਜਾਣਾ, ਮੇਰੇ ਨਾਲ ਦੇ ਦੋਸਤ ਵਗ ਗਏ, ਮੈਂ ਵੀ ਜਾਣਾ, ਰਿਸ਼ਤੇਦਾਰਾਂ ਨੇ ਜਵਾਕ ਭੇਜਤੇ, ਆਪਾਂ ਵੀ ਭੇਜੀਏ। ਇੱਕ ਰੀਸ ਆ, ਸਾਰਿਆਂ ਨੂੰ ਰੀਸ ਆ, ਬੇਹੱਦ ਰੀਸ ਆ,
कोई सोचता नहीं है भी जाना जरूरी है कि नहीं जाना, इतने भी सरदा। अच्छा ओदा की है, मैं सोचता हूं जिंदगी जिउण दा बंदे दा एक तरीका, जिंदगी जिउण लई जिन्ना कुछ चाहीदा, जिवें उहदे डाक्टर साहब गल करदे सी कुल्ली जुल्ली गुल्ली, रोटी चाहीदी आ, रहण नूं इक घर चाहीदा, गुजारे जोकरे बंदे नूं धन दौलत पैसा टुकर चाहीदा जिहदे नाल जिंदगी चली जावे। जेदे कोले ओना कुछ पिंड हैगा, घरे हैगा जिहदा ओह सरदा, जिहदी जिंदगी चलदी आ, ਉਹ ਬੰਦਾ ਜਦੋਂ ਛੱਡ ਕੇ ਤੁਰਦਾ ਫਿਰ ਉਹ ਉਹ ਕੋਈ ਬਾਹਲੀ ਸਿਆਣਫ ਨੀ। ਜਿਹਦੇ ਘਰੇ ਰੋਟੀ ਨੀ, ਰਿਜਕ ਨੀ, ਰਿਜਕ ਦੀ ਭਾਲ ਚ ਦੁਨੀਆਂ ਜਦੋਂ ਦੀ ਸਾਜੀ ਆ, ਦੁਨੀਆਂ ਰਿਜਕ ਦੀ ਭਾਲ ਚ ਬੰਦਾ ਆਉਂਦਾ, ਸਦੀਆਂ ਤੋਂ ਬੰਦਾ ਆਇਆ ਰਿਜਕ ਦੀ ਭਾਲ ਚ। ਜਿਹਦੇ ਘਰੇ ਰਿਜਕ ਨੀ, ਆਪਾਂ ਵੀ ਦੇਖਿਆ ਆਪਣੇ ਪਿੰਡਾਂ ਚ ਜ਼ਮੀਨਾਂ ਜਾਇਦਾਦਾਂ ਘੱਟ ਸੀ, ਤੇ ਕਿਸੇ ਨੇ ਕਲਕੱਤੇ ਟਰੱਕ ਪਾ ਲਏ, ਕੋਈ ਨੌਕਰੀ ਪੇਸ਼ੇ ਚ ਵੱਗ ਗਿਆ, ਕੋਈ ਮਾਸਟਰ ਲੱਗ ਗਿਆ, ਕੋਈ ਫੌਜ ਚ ਹੋ ਗਿਆ ਮੁੰਡਾ, ਕਿਸੇ ਨੇ ਦਿੱਲੀ ਕਾਰਾਂ ਪਾ ਲਈਆਂ, ਟੈਕਸੀਆਂ ਪਾ ਲਈਆਂ। ਜਿਹਦੇ ਘਰੇ ਰਿਜਕ ਘੱਟ ਸੀ ਉਹ ਜਾਂਦੇ ਆਏ, ਹੁਣ ਵੀ ਜਾਣਾ ਦੁਨੀਆਂ ਨੇ ਜਿੱਥੇ ਰਿਜਕ ਨੀ, ਬੰਦਾ ਰਿਜਕ ਦੀ ਭਾਲ ਚ ਜਾਂਦਾ। ਪਰ ਜਿਹੜੇ ਇੱਥੇ ਲੋਕ ਆਏ ਨੇ ਬਾਹਰਲੇ ਮੁਲਕਾਂ ਚ, ਉਹ ਮੈਨੂੰ ਐਂ ਲੱਗਦਾ ਉਹ ਸਾਰੇ ਘਰੇ ਉਹਨਾਂ ਦੇ ਰਿਜਕ ਬਹੁਤ ਹੈ, ਉਹ ਰਿਜਕ ਦੀ ਭਾਲ ਚ ਨੀ ਆਏ, ਉਹ ਰੀਸਾਂ ਨਾਲ ਹੀ ਆਏ, ਤੇ ਹੁਣ ਉਹ ਪਛਤਾਈ ਜਾਂਦੇ ਨੇ। ਹੁਣ ਉਹ ਏਡੇ ਵੱਡੇ ਉਲਝਾਅ ਚ ਫਸ ਗਏ, ਉਹ ਹੁਣ ਨਾ ਸਮਝ ਆਉਂਦਾ ਵੀ ਬਣੂਗਾ ਕੀ, ਬਸ ਉਹ ਮੇਰੇ ਵਰਗੇ ਕਹੀ ਜਾਂਦੇ ਆ ਮੈਥੋਂ ਤਾਂ ਵਿਕਦੀ ਨੀ ਭਾਈ, ਤੁਸੀਂ ਵੇਚ ਦਿਓ ਜਦੋਂ ਵਿਕਣੀ, ਵੀ ਜਦੋਂ ਹੁਣ ਮੈਥੋਂ ਨੀ ਵਿਕਦੀ, ਜਿਹੜਾ ਮੈਂ ਜੰਮਿਆ 60 ਸਾਲ ਉੱਥੇ, ਮੈਂ ਨਘਾਏ ਮੈਥੋਂ ਨੀ ਵਿਕਦੀ, ਜਵਾਕਾਂ ਨੂੰ ਉੱਥੇ ਕਿਹਨੇ ਵੇਚਣੀ ਆ, ਜਵਾਕਾਂ ਤੋਂ ਕੌਣ ਲੈ ਲੂ, ਇਹਨਾਂ ਤੋਂ ਤਾਂ ਲੋਕ ਕੋਈ ਹੱਥਾਂ ਤੇ ਹੱਥ ਮਾਰ ਕੇ ਲੈ ਜਾਣਗੇ। ਸੋ ਇਹ ਹਾਲਾਤ ਨੇ ਵੀ ਬਹੁਤ ਬਹੁਤ ਉਲਝਾ ਨੇ ਇਹਦੇ ਵਿੱਚ, ਮੈਨੂੰ ਕੋਈ ਸਮਝ ਨੀ ਆ ਰਹੀ ਵੀ ਕੀ ਕਰ ਬੈਠੇ ਤੇ ਕੀ ਹੋ ਗਿਆ, ਕਿੱਧਰ ਨੂੰ ਜਾਈ। YouTube ਚੈਨਲ ਦਰਬਾਰੀ ਖਾਲਸਾ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਤੁਹਾਡਾ ਹੁੰਗਾਰਾ ਸਾਡੀ ਖੁਰਾਕ, ਆਗਿਆ ਦਿਓ ਬਲਾਉ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।